छिंदवाड़ा में अलग अलग सड़क हादसों के दौरान 6 लोग घायल हो गए। सतनामपुरा भानो की रोड पर पैदल जा रही औरत को एक मोटरसाइकिल ने टक्कर मार दी। दूसरा मामला फगवाड़ा जीटी रोड से सामने आया है, जहां मोटरसाइकिल सवार 2 लड़कों को अज्ञात वाहन ने टक्कर मार दी, जिन्हें एम्बुलेंस की सहायता से सिविल अस्पताल में भर्ती करवाया गया। तीसरा मामला बस स्टैंड से सामने आया, जहाँ बुजुर्ग व्यक्ति को मोटरसाइकिल वाले ने टक्कर मार दी, जिससे बुजुर्ग व्यक्ति गंभीर रूप से घायल हो गया, जिसे राहगीरों की सहायता से फगवाड़ा के सिविल अस्पताल में भर्ती करवाया गया। चौथा मामला फगवाड़ा होशियारपुर रोड रावलपिंडी के पास से सामने आया, जहां अज्ञात वाहन ने मोटरसाइकिल को टक्कर मार दी, जिस दौरान मोटरसाइकिल सवार 2 व्यक्ति गंभीर रूप से घायल हो गए। इन्हें स्थानीय लोगों की सहायता से फगवाड़ा के सिविल अस्पताल में भर्ती करवाया गया। बुजुर्गो की नाम है जी अपना? की नाम है जी अपना? कुलदीप जी। कित्थे दे रहण वाले तुसीं? ਬਿਰਕਾ ਦੇ ਜੀ। ਕੀ ਹੋਇਆ? ਤੁਸੀਂ ਸਿਵਲ ਹਸਪੀਟਲ ਆਏ ਜੀ? ਅੱਜ ਬੱਸ ਸਟੈਂਡ ਦੇ ਕੋਲ ਆਉਂਦੇ ਸੀ ਸਕੂਟਰੀ 'ਤੇ, ਪਿੱਛੋਂ ਮੋਟਰਸਾਈਕਲ ਆਇਆ, ਸਾਈਡ ਮਾਰ ਕੇ ਅੱਗੇ ਚੱਲ ਗਿਆ। ਉਹ ਰੁਕਿਆ ਨਹੀਂ ਜੀ ਮੋਟਰਸਾਈਕਲ ਵਾਲਾ ਜੀ? ਮਾੜਾ ਜਿਹਾ ਪਿੱਛੇ ਮੁੜ ਕੇ ਦੇਖਿਆ, ਜਾਂਦੇ ਕਿ ਡਿੱਗ ਗਿਆ। ਅਤੇ ਤੁਹਾਨੂੰ ਇੱਥੇ ਫਿਰ ਕੌਣ ਲੈ ਕੇ ਆਇਆ ਜੀ ਹਸਪੀਟਲ? ਮੁੰਡੇ ਆਪਣੇ ਪੈਣੇ ਆ ਜੀ, ਉੱਥੇ ਮੁੰਡੇ ਲੈ ਕੇ। ਕੀ ਮੰਗ ਕੀ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਹੁਣ ਜੀ? ਜਿਹੜੇ ਇਦਾਂ ਦੇ ਰਫ ਸਕੂਟਰ ਮੋਟਰਸਾਈਕਲ ਚਲਾਉਂਦੇ, ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਨੂੰ? ਉਹਦੇ ਕਹਿੰਦੀ ਹੈ ਜੀ ਉਹਨਾਂ ਦੀ, ਉਹਨਾਂ ਨੂੰ ਚਾਹੀਦਾ ਹੈਗਾ ਕਿ ਥੋੜ੍ਹਾ ਸਾਂਭ ਕੇ ਚੱਲੀਏ, ਆਪਣਾ ਵੀ ਭਲਾ ਕਰੋ, ਦੂਏ ਦਾ ਵੀ ਕਰੋ। ਅੱਜ ਕੀ ਨਾਮ ਹੈ ਜੀ ਆਪਣਾ? ਹਾਂਜੀ ਪਾਰਥ। ਪਾਰਥ ਜੀ ਕਿੱਥੇ ਦੇ ਰਹਿਣ ਵਾਲੇ ਹੋ? ਸਰ ਮੈਂ ਲੁਧਿਆਣਾ ਤੋਂ। ਕੀ ਮਾਮਲਾ? ਤੁਸੀਂ ਪਕੌੜੇ ਦੇ ਸਿਵਲ ਹਸਪੀਟਲ 'ਚ ਆਏ ਜੀ? ਸਰ ਆਪਾਂ ਕੰਮ 'ਤੇ ਗਏ ਸੀ ਜਲੰਧਰ, ਉੱਥੋਂ ਵਾਪਸ ਆਉਂਦੇ ਪਏ ਸੀ, ਤਾਂ ਰਸਤੇ 'ਚ ਸਾਡੀ ਬਾਈਕ ਸੀ ਗਿਰ ਗਈ ਇੱਕਦਮ, ਪਤਾ ਨਹੀਂ ਲੱਗਿਆ ਕੀ ਹੋਇਆ ਕੀ ਨਹੀਂ। ਅਤੇ ਤੁਹਾਡੇ ਨਾਲ ਕੋਈ ਹੋਰ ਵੀ ਸੀ ਜੀ? ਹਾਂਜੀ ਵਿੱਕੀ ਭਾਅ ਜੀ ਸੀਗੇ ਸਰ ਮੇਰੇ ਨਾਲ, ਜਿਹੜੇ ਮੇਰੇ ਹੈਡ ਨਾਲ ਕੰਮ ਕਰਦੇ ਸੀ। ਹਾਂਜੀ ਮੈਡਮ, ਕੀ ਨਾਮ ਤੁਹਾਡਾ? ਮੈਂ ਮੈਡਮ ਪ੍ਰਿਤਪਾਲ ਕੌਰ ਤੁੱਲੀ। ਮੈਮ ਤੁਸੀਂ ਸਿਵਲ ਹਸਪਤਾਲ ਕੀ ਗੱਲ ਕੀ ਹੋਈ ਆ ਹੁਣ ਐਕਸੀਡੈਂਟ ਹੋਇਆ? ਮੈਂ ਨਾ ਹੁਣੀ ਜਸਟ ਮਾਰਕੀਟ ਲਈ ਜਾ ਰਹੀ ਸੀ, ਅਤੇ ਰਸਤੇ 'ਚ ਭਾਨੋਕੀ ਰੋਡ ਦੇ ਉੱਤੇ ਇੱਕ ਐਕਸੀਡੈਂਟ ਹੋਇਆ ਹੋਇਆ ਸੀਗਾ, ਅਤੇ ਉਹ ਲੇਡੀਜ਼ ਭਾਨੋਕੀ ਰੋਡ 'ਤੇ ਹੀ ਰਹਿੰਦੀ ਹੈ ਜਿਹਦਾ ਐਕਸੀਡੈਂਟ ਹੋਇਆ, ਅਤੇ ਉੱਥੇ ਦੇ ਜਿਹੜੇ ਬੰਦੇ ਖੜ੍ਹੇ ਸੀ ਉਹ ਕਹਿ ਰਹੇ ਸੀ ਇੱਕ ਮੋਟਰਸਾਈਕਲ ਵਾਲੇ ਨੇ ਉਹ ਲੇਡੀਜ਼ ਦੇ ਵਿੱਚ ਮਾਰਿਆ, ਉਹ ਪੈਦਲ ਚੱਲਦੀ ਆ ਰਹੀ ਸੀਗੀ, ਨਾਲ ਉਹਨਾਂ ਦੇ ਉਹਨਾਂ ਦਾ ਪੋਤਾ ਸੀਗਾ, ਅਤੇ ਅਸੀਂ ਸਿਵਲ ਹਸਪੀਟਲ ਉਹਨਾਂ ਨੂੰ ਦੇਖਣ ਲਈ ਆਏ ਹਾਂ। ਉਹਨਾਂ ਦੀ ਜਿਹੜੀ ਸਿਚੁਏਸ਼ਨ ਹੈ ਜ਼ਿਆਦਾ ਹੀ ਕ੍ਰਿਟੀਕਲ ਹੈ, ਜਿਹੜੇ ਮੁੰਡਾ ਮੋਟਰਸਾਈਕਲ ਚਲਾ ਰਿਹਾ ਸੀ ਉਹਦਾ ਤਾਂ ਹਜੇ ਤੱਕ ਕੋਈ ਪਤਾ ਨਹੀਂ ਲੱਗ ਪਾਇਆ, ਪਰ ਜਿਹੜਾ ਪਿੱਛੇ ਬੈਠਾ ਸੀ ਉਹਦੇ ਵੀ ਸੱਟਾਂ ਲੱਗੀਆਂ ਹੋਈਆਂ ਨੇ, ਅਤੇ ਜਿਹੜੇ ਲੇਡੀਜ਼ ਸੀਗੇ ਇਹਨਾਂ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ, ਅਤੇ ਹੁਣ ਹਜੇ ਸਿਚੁਏਸ਼ਨ ਦੋਨਾਂ ਦੀ ਕ੍ਰਿਟੀਕਲ ਹੈ, ਦੇਖੋ ਕੀ ਬਣਦਾ। ਮੈਮ ਜਿਹੜੇ ਦੋ ਨੌਜਵਾਨ ਸੀ ਮੋਟਰਸਾਈਕਲ ਦੇ? ਮੋਟਰਸਾਈਕਲ ਦੇ 2 ਨੌਜਵਾਨ ਸੀ। ਅਤੇ ਲੇਡੀਜ਼ ਦਾ ਨਾਮ ਕੀ ਪਤਾ ਤੁਹਾਨੂੰ? ਕਿਹੜੀ ਆ? ਲੇਡੀਜ਼ ਦਾ ਨਾਮ ਸੁਰਿੰਦਰ ਕੌਰ ਹੈ, ਇਹ ਲੀਓ ਹੈਲਥ ਕਲੱਬ ਦੇ ਸਾਹਮਣੇ ਥੋੜ੍ਹੀ ਅੱਗੇ ਕਰਕੇ ਰਹਿੰਦੇ। ਅਤੇ ਜਿਹੜੇ ਮੁੰਡੇ ਉਹਨਾਂ ਦਾ ਪਤਾ ਲੱਗਾ ਕੌਣ ਸੀ? ਮੁੰਡੇ ਜਿੱਥੇ ਤੱਕ ਪਤਾ ਲੱਗਾ ਆਦਰਸ਼ ਨਗਰ ਤੋਂ ਆਇਆ, ਪਰ ਹਜੇ ਕਨਫਰਮ ਨਹੀਂ ਹੋ ਪਾਇਆ। ਕੁਛ ਸਾਹਮਣੇ ਆਇਆ ਵੀ ਕੋਈ ਗਲਤੀ ਕਿਹਦੀ ਆਇਆ ਸਾਹਮਣੇ ਆਇਆ ਕੁਛ ਲੱਗਾ ਦੱਸਿਆ ਕਿਸੇ ਨੇ? ਹਜੇ ਨਹੀਂ ਕੁਛ ਵੀ ਖਾਸ ਪਤਾ ਲੱਗ ਰਿਹਾ, ਪਰ ਜਿੱਥੇ ਤੱਕ ਲੱਗਦਾ ਗਲਤੀ ਜਿਹੜੀ ਉਹ ਮੋਟਰਸਾਈਕਲ ਵਾਲੇ ਦੀ ਹੈ, ਕਿਉਂਕਿ ਲੇਡੀਜ਼ ਪੈਦਲ ਚੱਲਦੀ ਆ ਰਹੀ ਸੀ।